ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ, ਤੇ ਅੱਜ ਹੈ 15 ਅਗਸਤ ਤੇ ਇਸੇ ਇੰਡੀਪੈਂਡੈਂਸ ਡੇ ਦੇ ਮੌਕੇ ਤੇ ਦੈਨਿਕ ਸਵੇਰਾ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ। ਦੇਸ਼ ਭਗਤੀ ਦੀ ਭਾਵਨਾ ਹਰ ਇੱਕ ਦੇ ਅੰਦਰ ਹੁੰਦੀ ਹੈ, ਚਾਹੇ ਹੋਵੇ ਉਹਦੀ ਕਲਾ ਜਾਂ ਹੋਵੇ ਚਿੱਤਰਕਾਰੀ ਜਾਂ ਹੋਵੇ ਸੰਗੀਤ, ਤੇ ਇਸੇ ਦੇਸ਼ ਭਗਤੀ ਦੀ ਭਾਵਨਾ ਨੂੰ ਸੰਗੀਤ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਲਈ ਸਾਡੇ ਸਟੂਡੀਓ ਮੌਜੂਦ ਨੇ ਪੁਨੀਤ ਕੇ ਜੀ। ਸਰ, ਤੁਹਾਡਾ ਵੈਲਕਮ ਹੈ ਦੈਨਿਕ ਸਵੇਰਾ ਸਟੂਡੀਓ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਮੈਮ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਮੈਨੂੰ ਇਸ ਵਧੀਆ ਦਿਨ ਦੇ ਉੱਤੇ 15 ਅਗਸਤ 'ਤੇ ਮੈਨੂੰ ਇੱਥੇ ਬੁਲਾਇਆ ਅਤੇ ਆਡੀਅੰਸ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਮੈਂ ਆਡੀਅੰਸ ਨੂੰ ਵੀ ਇੱਕ ਵਾਰ ਦੁਬਾਰਾ ਤੋਂ 15 ਅਗਸਤ ਵਿਸ਼ ਕਰਨੀ ਚਾਹੂੰਗਾ ਜੀ, ਅਤੇ ਸਾਰਿਆਂ ਨੂੰ ਬਹੁਤ ਬਹੁਤ ਕੰਗਰੈਚੁਲੇਸ਼ਨ ਇੰਡੀਪੈਂਡੈਂਸ ਡੇ ਦੀ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗੀ ਕਿ ਸੰਗੀਤ ਦੇ ਜ਼ਰੀਏ ਦੇਸ਼ ਭਗਤੀ ਦੀ ਭਾਵਨਾ ਤੁਹਾਡੇ ਲਈ ਕੀ ਮਾਇਨੇ ਰੱਖਦੀ ਹੈ? ਦੇਖੋ ਜੀ, ਸੰਗੀਤ ਦੇ ਵਿੱਚ ਜਿੱਦਾਂ ਕਈ ਤਰ੍ਹਾਂ ਦੇ ਰਸ ਹੁੰਦੇ ਆ, ਪ੍ਰੇਮ ਰਸ ਹੁੰਦਾ ਹੈ, ਵੀਰ ਰਸ ਹੁੰਦਾ ਹੈ, ਹਾਸੇ ਰਸ, ਹਰ ਤਰ੍ਹਾਂ ਦੇ ਰਸ ਨੂੰ ਪ੍ਰਗਟ ਕਰ ਸਕਦੇ ਆਪਾਂ ਸੰਗੀਤ ਦੇ ਥਰੂ। ਅਤੇ ਮੇਰੇ ਹਿਸਾਬ ਨਾਲ ਇਹ ਦੇਸ਼ ਭਗਤੀ ਜੋ ਹੈ ਇਹ ਵੀ ਸੰਗੀਤ ਦਾ ਇੱਕ ਰਸ ਹੀ ਹੈ। ਜਦੋਂ ਅਸੀਂ ਕ੍ਰਾਂਤੀਕਾਰੀਆਂ ਦੀ ਕੁਰਬਾਨੀਆਂ ਨੂੰ ਅਤੇ ਉਹਨਾਂ ਦੇ ਬਲੀਦਾਨਾਂ ਨੂੰ ਸੱਤ ਸੁਰਾਂ ਵਿੱਚ ਪਿਰੋ ਕੇ ਕਿਸੇ ਦੇ ਸਾਹਮਣੇ ਪ੍ਰਸਤੁਤ ਕਰਦੇ ਹਾਂ, ਪੇਸ਼ ਕਰਦੇ ਹਾਂ, ਅਤੇ ਉਹ ਦੇਸ਼ ਭਗਤੀ ਦਾ ਸੰਗੀਤ ਬਣ ਜਾਂਦਾ। ਅਤੇ ਆਓ ਇਸੇ ਚੀਜ਼ 'ਤੇ ਤੁਹਾਨੂੰ ਇੱਕ ਮੈਂ ਗੀਤ ਸੁਣਾਉਂਦਾ ਹਾਂ। ਜੋ ਸ਼ਹੀਦ ਹੋਏ ਭਾਰਤ ਕੇ ਲੀਏ ਉਨ ਵੀਰੋ ਕੋ ਨਮਨ ਹੈ, ਜੋ ਸ਼ਹੀਦ ਹੋਏ ਭਾਰਤ ਕੇ ਲੀਏ ਉਨ ਵੀਰੋ ਕੋ ਨਮਨ ਹੈ, ਹੈ ਖੂਨ ਮਿਲਾ ਇਸਮੇ ਉਨਕਾ ਯੇ ਮਾਟੀ ਨਹੀਂ ਚੰਦਨ ਹੈ, ਹੈ ਖੂਨ ਮਿਲਾ ਇਸਮੇ ਉਨਕਾ ਯੇ ਮਾਟੀ ਨਹੀਂ ਚੰਦਨ ਹੈ, ਜੋ ਸ਼ਹੀਦ ਹੋਏ ਭਾਰਤ ਕੇ ਲੀਏ ਹੋ ਤਿਰੰਗਾ ਉਨਕੀ ਸ਼ਾਨ ਮੇ ਹੈ ਆਜ ਵੀ ਯੇ ਫਹਿਰਾਤਾ, ਜਿਨਕੇ ਲੀਏ ਯੇ ਵਕਤ ਵੀ ਗਾਤਾ ਹੈ ਗੌਰਵ ਗਾਤਾ, ਤਿਰੰਗਾ ਉਨਕੀ ਸ਼ਾਨ ਮੇ ਹੈ ਆਜ ਵੀ ਯੇ ਫਹਿਰਾਤਾ, ਜਿਨਕੇ ਲੀਏ ਯੇ ਵਕਤ ਵੀ ਗਾਤਾ ਹੈ ਗੌਰਵ ਗਾਤਾ, ਹੈ ਜਿਨਕੀ ਵਜ੍ਹਾ ਸੇ ਹੋ, ਜਿਨਕੀ ਵਜ੍ਹਾ ਸੇ ਹੈ, ਜਿਨਕੀ ਵਜ੍ਹਾ ਸੇ ਹੈ ਖਿਲਾ ਖੁਸ਼ੀਓ ਕਾ ਚਮਨ ਹੈ, ਜਿਨਕੀ ਵਜ੍ਹਾ ਸੇ ਹੈ ਖਿਲਾ ਖੁਸ਼ੀਓ ਕਾ ਚਮਨ ਹੈ, ਜੋ ਸ਼ਹੀਦ ਹੋਏ ਭਾਰਤ ਕੇ ਲੀਏ ਉਨ ਵੀਰੋ ਕੋ ਨਮਨ ਹੈ, ਜੋ ਸ਼ਹੀਦ ਹੋਏ ਭਾਰਤ ਕੇ ਲੀਏ ਉਨ ਵੀਰੋ ਕੋ ਨਮਨ ਹੈ, ਆਜ਼ਾਦੀ ਕੇ ਹੈ ਰਖਵਾਲੇ ਸ਼ਾਨ ਸੇ ਯੇ ਚਲਤੇ ਹੈ, ਸਾਹਸ ਕੇ ਯੇ ਸੂਰਜ ਹੈ ਜੋ ਕਭੀ ਨਹੀਂ ਢਲਤੇ ਹੈ, ਆਜ਼ਾਦੀ ਕੇ ਹੈ ਰਖਵਾਲੇ ਸ਼ਾਨ ਸੇ ਯੇ ਚਲਤੇ ਹੈ, ਸਾਹਸ ਕੇ ਯੇ ਸੂਰਜ ਹੈ ਜੋ ਕਭੀ ਨਹੀਂ ਢਲਤੇ ਹੈ, ਜਿਨਕੀ ਇੱਕ ਦਹਾੜ ਸੇ, ਜਿਨਕੀ ਇੱਕ ਦਹਾੜ ਸੇ ਡਰਤਾ ਹਰ ਦੁਸ਼ਮਨ ਹੈ, ਜਿਨਕੀ ਇੱਕ ਦਹਾੜ ਸੇ ਡਰਤਾ ਹਰ ਦੁਸ਼ਮਨ ਹੈ, ਜੋ ਸ਼ਹੀਦ ਹੋਏ ਭਾਰਤ ਕੇ ਲੀਏ ਉਨ ਵੀਰੋ ਕੋ ਨਮਨ ਹੈ, ਜੋ ਸ਼ਹੀਦ ਹੋਏ ਭਾਰਤ ਕੇ ਲੀਏ ਉਨ ਵੀਰੋ ਕੋ ਨਮਨ ਹੈ, ਹੈ ਖੂਨ ਮਿਲਾ ਇਸਮੇ ਉਨਕਾ ਯੇ ਮਾਟੀ ਨਹੀਂ ਚੰਦਨ ਹੈ, ਹੈ ਖੂਨ ਮਿਲਾ ਇਸਮੇ ਉਨਕਾ ਯੇ ਮਾਟੀ ਨਹੀਂ ਚੰਦਨ ਹੈ। ਬਹੁਤ ਵਧੀਆ, ਸਾਨੂੰ ਇਹ ਗਾਣਾ ਕਾਫੀ ਪਸੰਦ ਆਇਆ, ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਖੂਬ ਪਸੰਦ ਆਇਆ ਹੋਵੇਗਾ। ਥੈਂਕ ਯੂ ਜੀ। ਦੇਸ਼ ਨੂੰ ਆਜ਼ਾਦ ਹੋਏ ਅੱਜ 72 ਸਾਲ ਹੋ ਗਏ ਨੇ, ਪਰ ਫਿਰ ਵੀ ਦੇਸ਼ ਦੇ ਵਿੱਚ ਊਂਚ ਨੀਚ, ਜਾਤ ਪਾਤ, ਕਰਪਸ਼ਨ, ਵੁਮਨ ਸੇਫਟੀ ਨੂੰ ਲੈ ਕੇ ਕਾਫੀ ਪ੍ਰੋਬਲਮਸ ਚੱਲ ਰਹੀਆਂ ਨੇ। ਤੁਹਾਨੂੰ ਲੱਗਦਾ ਕਿ ਸੰਗੀਤ ਦੇ ਜ਼ਰੀਏ ਪ੍ਰੋਬਲਮਸ ਸੋਲਵ ਹੋ ਸਕਦੀਆਂ ਨੇ?
ਦੇਖੋ ਜੀ, ਪ੍ਰੋਬਲਮਸ ਤਾਂ ਕਾਫੀ ਜ਼ਿਆਦਾ ਦੇਸ਼ ਦੇ ਵਿੱਚ, ਪਰ ਮੈਂ ਜੇ ਇਸ ਚੀਜ਼ ਦਾ, ਇਸ ਕੁਐਸਚਨ ਦਾ ਜਵਾਬ ਜੇ ਮੈਂ ਕਿਸੇ ਗੀਤ ਦੇ ਰਾਹੀਂ ਦਵਾਂ ਤਾਂ ਜ਼ਿਆਦਾ ਵਧੀਆ ਰਹੇਗਾ। ਜ਼ਰੂਰ, ਅੱਜ ਅਸੀਂ ਸ਼ੁਰੂ ਕਰ ਲਈਏ ਤੀਜਾ ਗਾਣਾ। ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ, ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ, ਸਭਸੇ ਆਗੇ ਸਭਸੇ ਉੱਚੀ ਇਨਸਾਨੀਅਤ ਬਣ ਜਾਏ, ਸਭਸੇ ਆਗੇ ਸਭਸੇ ਉੱਚੀ ਇਨਸਾਨੀਅਤ ਬਣ ਜਾਏ, ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ, ਚਲੋ ਐਸਾ ਭਾਰਤ ਬਣਾਏ। ਕੋਈ ਵੀ ਇਨਸਾਨ ਤੀਨ ਸਮੇਂ ਕੀ ਰੋਟੀ ਕੋ ਨਾ ਹੀ ਤਰਸੇ, ਘਰ ਘਰ ਪਹੁੰਚੇ ਸ਼ਿਕਸ਼ਾ ਐਸੇ ਜੈਸੇ ਬਾਦਲ ਬਰਸੇ। ਕੋਈ ਵੀ ਇਨਸਾਨ ਤੀਨ ਸਮੇਂ ਕੀ ਰੋਟੀ ਕੋ ਨਾ ਹੀ ਤਰਸੇ, ਘਰ ਘਰ ਪਹੁੰਚੇ ਸ਼ਿਕਸ਼ਾ ਐਸੇ ਜੈਸੇ ਬਾਦਲ ਬਰਸੇ। ਕੋਈ ਵੀ ਬੇਟੀ ਘਰ ਸੇ ਨਿਕਲੇ ਨਾ ਕਭੀ ਘਬਰਾਏ, ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ, ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ, ਜਹਾਂ ਧਰਮ ਔਰ ਜਾਤ ਸੇ ਉੱਠ ਕਰ ਉੱਚੇ ਸਭ ਕੋ ਗਲੇ ਸੇ ਲਗਾਏ, ਹੋ ਜੋ ਮੁਸੀਬਤ ਮੇਂ ਕੋਈ ਵੀ ਭਾਈ ਤੋ ਸਭ ਕੋਈ ਆਗੇ ਆਏ, ਧਰਮ ਔਰ ਜਾਤ ਸੇ ਉੱਠ ਕਰ ਉੱਚੇ ਸਭ ਕੋ ਗਲੇ ਸੇ ਲਗਾਏ, ਹੋ ਜੋ ਮੁਸੀਬਤ ਮੇਂ ਕੋਈ ਵੀ ਭਾਈ ਹਰ ਕੋਈ ਆਗੇ ਆਏ, ਆਂਖ ਮੇਂ ਆਂਸੂ ਕਿਸੀ ਕੀ ਵੀ ਆਏ ਸਭ ਕਾ ਮਨ ਭਰ ਜਾਏ, ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ, ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ, ਸਭਸੇ ਆਗੇ ਸਭਸੇ ਉੱਚੀ ਇਨਸਾਨੀਅਤ ਬਣ ਜਾਏ, ਚਲੋ ਐਸਾ ਭਾਰਤ ਬਣਾਏ ਜਿਸੇ ਕੋਈ ਤੋੜ ਨਾ ਪਾਏ। ਥੈਂਕ ਯੂ। ਵਾਹ ਜੀ ਵਾਹ, ਕੀ ਬਾਤ ਹੈ। ਉਮੀਦ ਕਰਦੇ ਹਾਂ ਕਿ ਸਾਰੀ ਪ੍ਰੋਬਲਮਸ ਦਾ ਆਨਸਰ ਇਸ ਗਾਣੇ ਦੇ ਥਰੂ ਜ਼ਰੂਰ ਮਿਲ ਗਿਆ ਹੋਵੇਗਾ। ਬਿਲਕੁਲ ਜੀ ਬਿਲਕੁਲ, ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਸੰਗੀਤ ਦੇ ਥਰੂ ਹਰ ਬੰਦੇ ਦੇ ਮਨ ਤੱਕ ਪਹੁੰਚੀਏ, ਅਤੇ ਕੋਈ ਵੀ ਮੈਸੇਜ ਹੁੰਦਾ ਹੈਗਾ, ਦੇਖੋ ਹਰ ਬੰਦਾ ਅੱਜ ਕੱਲ੍ਹ ਮਿਊਜ਼ਿਕ ਨਾਲ ਜੁੜਿਆ ਹੋਇਆ ਜੀ, ਜਦੋਂ ਕੋਈ ਵੀ ਮਿਊਜ਼ਿਕ ਦੀ ਚੀਜ਼ ਜਾਂ ਵੀਡੀਓ ਦੀ ਚੀਜ਼ ਉਹਦੇ ਕੋਲ ਪਹੁੰਚਦੀ ਹੈ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਤੇਜ਼ ਹੈ, ਅਤੇ ਉਸ ਚੀਜ਼ ਨੂੰ ਫੋਲੋ ਕੀਤਾ ਜਾਂਦਾ, ਉਹ ਜਲਦੀ ਵਾਇਰਲ ਹੋ ਜਾਂਦੀ ਹੈ, ਅਤੇ ਜੇ ਅੱਛੀ ਚੀਜ਼ਾਂ ਫੈਲਾਈਆਂ ਜਾਣਗੀਆਂ ਸਮਾਜ ਦੇ ਵਿੱਚ, ਤਾਂ ਅੱਛਾਈ ਜ਼ਿਆਦਾ ਫੈਲੇਗੀ, ਅਤੇ ਸਾਡਾ ਇਹੀ ਕੋਸ਼ਿਸ਼ ਰਹਿੰਦੀ ਹੈ। ਕਿਸੇ ਵੀ ਦੇਸ਼ ਦੀ ਆਜ਼ਾਦੀ ਉਸਦੇ ਯੰਗ ਜਨਰੇਸ਼ਨ ਦੇ ਹੱਥ ਵਿੱਚ ਹੁੰਦੀ ਹੈ, ਪਰ ਸਾਡੇ ਦੇਸ਼ ਦਾ ਯੂਥ ਨਸ਼ਿਆਂ 'ਚ ਡੁੱਬਿਆ ਹੋਇਆ। ਜੇ ਗੱਲ ਕਰੀਏ ਪੰਜਾਬ ਦੀ, ਪੰਜਾਬ 'ਚੋਂ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ।
ਤੁਹਾਨੂੰ ਲੱਗਦਾ ਕਿ ਸਾਡੇ ਦੇਸ਼ ਦਾ ਯੂਥ ਆਜ਼ਾਦੀ ਨੂੰ ਸਾਂਭ ਪਾਏਗਾ? ਭਗਤ ਸਿੰਘ ਨੇ ਇਹ ਸੁਪਨਾ ਤਾਂ ਨਹੀਂ ਦੇਖਿਆ ਸੀ। ਜੀ ਹਾਂ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਭਗਤ ਸਿੰਘ ਉਹਨਾਂ ਨੇ ਇਹ ਸੁਪਨਾ ਬਿਲਕੁਲ ਵੀ ਨਹੀਂ ਦੇਖਿਆ ਹੋਣਾ ਜੋ ਅੱਜ ਦੇ ਹਾਲਾਤ ਨੇ ਪੰਜਾਬ ਦੇ, ਕਿਉਂਕਿ ਯੂਥ ਨਸ਼ੇ ਦੇ ਵਿੱਚ ਜਾ ਰਿਹਾ। ਅਤੇ ਮੇਰੇ ਹਿਸਾਬ ਨਾਲ ਜੋ ਭਗਤ ਸਿੰਘ ਉਹਨਾਂ ਨੇ ਉਸ ਟਾਈਮ ਦੇ ਉੱਤੇ ਸੁਪਨਾ ਦੇਖਿਆ ਹੋਏਗਾ, ਜਦੋਂ ਉਹ ਇਸ ਕ੍ਰਾਂਤੀਕਾਰੀ ਮਿਸ਼ਨ ਦੇ ਵਿੱਚ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਜ਼ਾਦੀ ਜੰਗ 'ਚ ਕੁੱਦੇ ਸੀ, ਅਤੇ ਉਹ ਸੁਪਨਾ ਜੋ ਦੇਖਿਆ ਸੀ ਉਹਨਾਂ ਨੇ, ਮੈਂ ਉਸਨੂੰ ਇੱਕ ਗੀਤ ਦੇ ਰਾਹੀਂ ਪੇਸ਼ ਕਰਨਾ ਚਾਹੂੰਗਾ, ਕਿਉਂਕਿ ਮੈਂ ਸੋਚਦਾ ਹਾਂ ਕਿ ਸ਼ਾਇਦ ਉਹਨਾਂ ਨੇ ਇਹੀ ਸੁਪਨਾ ਸੋਚਿਆ ਸੀ। ਭਗਤ ਸਿੰਘ ਕੌਮ ਮੇਰੀ ਦਾ ਹੀਰਾ, ਜ਼ੁਲਮ ਨੂੰ ਕਰ ਗਿਓ ਲੀਰਾ ਲੀਰਾ। ਭਗਤ ਸਿੰਘ ਕੌਮ ਮੇਰੀ ਦਾ ਹੀਰਾ, ਜ਼ੁਲਮ ਨੂੰ ਕਰ ਗਿਆ ਲੀਰਾ ਲੀਰਾ। ਓ ਜ਼ਿੰਦਗੀ ਆਪਣੇ ਹਿੱਸੇ ਦੀ ਦੇਸ਼ ਦੇ ਨਾਂ ਵੇਲਾ ਚੱਲਿਆ, ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਹੋ ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਭਗਤ ਸਿੰਘ ਕੌਮ ਮੇਰੀ ਦਾ ਹੀਰਾ, ਭਗਤ ਸਿੰਘ ਸੁਖਦੇਵ ਰਾਜਗੁਰੂ ਤਿੰਨਾਂ ਦਾ ਸੀ ਏਕਾ, ਤਾਈਓ ਗੋਰੇ ਕੰਬਣ ਲਾਤੇ ਕੱਢਤਾ ਸਾਰਾ ਭੁਲੇਖਾ, ਤਾਈਓ ਗੋਰੇ ਕੰਬਣ ਲਾਤੇ ਕੱਢਤਾ ਸਾਰਾ ਭੁਲੇਖਾ। ਜ਼ੁਲਮ ਨੂੰ ਰੋਕੋ ਮਿਲ ਕੇ ਗੱਲ ਖਾਨੇ ਪਾ ਚੱਲਿਆ, ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਹੋ ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਭਗਤ ਸਿੰਘ ਕੌਮ ਮੇਰੀ ਦਾ ਹੀਰਾ, ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਰੁਲਦੀ ਜਾਂਦੀ ਨਵੀਂ ਪਨੀਰੀ, ਰੋਲ ਕੇ ਰੱਖਤਾ ਪੰਜਾਬ ਨੂੰ ਲੋਕੋ ਕਿਸ ਗੱਲ ਦੀ ਏ ਅਮੀਰੀ। ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਰੁਲਦੀ ਜਾਂਦੀ ਨਵੀਂ ਪਨੀਰੀ, ਰੋਲ ਕੇ ਰੱਖਤਾ ਪੰਜਾਬ ਉਹ ਲੋਕੋ ਕਿਸ ਗੱਲ ਦੀ ਏ ਅਮੀਰੀ। ਕੌਮ ਨੂੰ ਸੁੱਚਾ ਕਰ ਲੋ ਇਹ ਗੱਲ ਖਾਨੇ ਪਾ ਚੱਲਿਆ, ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਹੋ ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਭਗਤ ਸਿੰਘ ਕੌਮ ਮੇਰੀ ਦਾ ਹੀਰਾ, ਜ਼ੁਲਮ ਨੂੰ ਕਰ ਗਿਆ ਲੀਰਾ ਲੀਰਾ। ਓ ਜ਼ਿੰਦਗੀ ਆਪਣੇ ਹਿੱਸੇ ਦੀ ਦੇਸ਼ ਦੇ ਨਾਂ ਵੇਲਾ ਚੱਲਿਆ, ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਹਾਂ ਮੇਰੇ ਮਗਰੋਂ ਤੁਸੀਂ ਸਾਂਭਿਓ ਗੱਲ ਸਮਝਾ ਚੱਲਿਆ। ਭਗਤ ਸਿੰਘ ਕੌਮ ਮੇਰੀ ਦਾ ਹੀਰਾ। ਥੈਂਕ ਯੂ। ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਮੈਸੇਜ ਯੂਥ ਤੱਕ ਜ਼ਰੂਰ ਪਹੁੰਚੇ। ਬਿਲਕੁਲ ਜੀ, ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਜੀ, ਅਸੀਂ ਸੰਗੀਤ ਦੇ ਥਰੂ ਜੋ ਵੀ ਮੈਸੇਜ ਦਈਏ ਉਹ ਇੱਕ ਅੱਛਾ ਮੈਸੇਜ ਸਪਰੈਡ ਹੋਵੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀ ਚੀਜ਼ਾਂ ਵਾਇਰਲ ਹੁੰਦੀਆਂ, ਅਤੇ ਅਸੀਂ ਜੇ ਅੱਛੀ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਪਾਵਾਂਗੇ, ਉਸਨੂੰ ਵਾਇਰਲ ਕਰਾਂਗੇ, ਅੱਛਾ ਮੈਸੇਜ ਪਹੁੰਚਾਵਾਂਗੇ, ਤਾਂ ਹੀ ਉਹ ਸਮਾਜ ਦੇ ਵਿੱਚ ਵੀ ਅੱਛਾ ਮੈਸੇਜ ਜਾਏਗਾ। ਅਤੇ ਮੇਰੇ ਹਿਸਾਬ ਨਾਲ ਅੱਜ ਇੰਡੀਪੈਂਡੈਂਸ ਡੇ ਦੇ ਉੱਤੇ ਜੋ ਮੈਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਥਰੂ ਇੱਥੇ ਆ ਕੇ, ਅਤੇ ਮੇਰੇ ਖਿਆਲ ਨਾਲ ਆਡੀਅੰਸ ਤੱਕ ਜ਼ਰੂਰ ਪਹੁੰਚੇਗਾ। ਥੈਂਕ ਯੂ ਸੋ ਮੱਚ ਫੋਰ ਕਮਿੰਗ ਇਨ ਆਰ ਸਟੂਡੀਓ ਜੀ। ਥੈਂਕ ਯੂ। ਤਾਂ ਦੋਸਤੋ, ਇਹ ਸੀ ਦੈਨਿਕ ਸਵੇਰਾ ਦੀ ਟੀਮ ਵੱਲੋਂ ਇੱਕ ਸਪੈਸ਼ਲ ਪ੍ਰੋਗਰਾਮ। ਤੁਹਾਨੂੰ ਇੰਡੀਪੈਂਡੈਂਸ ਡੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਕਿਸੇ ਨੇ ਸਹੀ ਕਿਹਾ, ਸ਼ਹੀਦਾਂ ਦੇ ਤਿਆਗ ਨੂੰ ਬਦਨਾਮ ਨਹੀਂ ਹੋਣ ਦਾਂਗੇ, ਦੇਸ਼ ਦੀ ਇਸ ਆਜ਼ਾਦੀ ਦੀ ਕਦੀ ਸ਼ਾਮ ਨਹੀਂ ਹੋਣ ਦਾਂਗੇ। ਜੈ ਹਿੰਦ।
Hello friends, my name is Pranay and I am a student and only 20 years old. BodyFab Medical Weight Loss Clinic join karne se pehle, I was weighing around 106 kgs. After joining BodyFab, I have seen a drastic change. To slash down my weight to 85 kgs to lead a very healthy and active lifestyle. Right decision and join BodyFab Medical Weight Loss Clinic.